किस दुकान तो मिलने वाले रमन टेलीकॉम दे विच एक बार फिर दोबारा असी हाँ। तो सीसी कैमरे आसान किस्तों के नहीं मिल रहे, अपनी दुकान से वह भी मिलेंगे आसान किस्तों के। ਬਾਜ਼ਾਰ ਨਾਲੋਂ ਲੈਸ ਮਿਲੇਗੀ ਜੀ, ਕੋਈ ਵੀ ਰੇਟ ਟਰਾਈ ਕਰਕੇ ਆਵੇ ਆਪਣੇ ਕੋਲ। ਅੱਛਾ, ਪਹਿਲਾਂ ਬਾਜ਼ਾਰ ਤੋਂ ਪਤਾ ਕਰ ਲੈ। ਬੇਸ਼ੱਕ ਟਰਾਈ ਕਰਕੇ ਆਵੇ, ਬਾਜ਼ਾਰ ਨਾਲੋਂ ਲੈਸ ਮਿਲਣਗੇ ਰੇਟ ਆਪਣੇ। ਜਿਹੜੇ ਪੁਰਾਣੇ ਕਸਟਮਰ ਨੇ ਬਜਾਜ ਕੰਪਨੀ ਨੇ, ਉਹਨਾਂ ਦੇ 100% ਜਿਨ੍ਹਾਂ ਦੀ LTV, ਉਹਨਾਂ ਨੂੰ ਕੋਈ ਪੈਸਾ ਕਰਾਉਣ ਦੀ ਲੋੜ ਨਹੀਂ ਗੀ। ਕੋਈ ਵੀ ਚੀਜ਼ ਆਪਣੇ ਕੋਲੋਂ ਬਿਨਾਂ ਪੈਸੇ ਦਿੱਤੇ ਲੈ ਕੇ ਜਾ ਸਕਦੇ। ਆਗੇ ਸਟਾਕ ਪੂਰਾ ਪਿਆ, ਆਪਾਂ ਪੂਰਾ ਸਟਾਕ ਬਹੁਤ ਪਿਆ ਜੀ ਗੋਡਾਊਨ ਦੇ ਵਿੱਚ। ਤੁਹਾਨੂੰ ਹੁਣੇ ਲੈ ਕੇ ਚੱਲਨੇ, ਉਹ ਵੀ ਦਿਖਾਉਂਦੇ ਆ ਜੀ ਤੁਹਾਨੂੰ। ਸਟਾਕ ਅਨਲਿਮਿਟਡ ਹੈ। ਵੱਧ ਤੋਂ ਵੱਧ ਸ਼ੇਅਰ ਕਰਨ ਵਾਲਿਆਂ ਨੂੰ ਗਿਫਟ ਦਿੱਤੇ ਜਾਣਗੇ। ਪੱਕਾ ਦਿਓਗੇ? ਬਿਲਕੁਲ, ਪਿਛਲੀ ਵਾਰੀ ਵੀ ਆਪਾਂ ਦਿੱਤੇ ਨੇ ਜੀ। ਰੈਡਮੀ ਰੀਅਲਮੀ ਕਿਤੋਂ ਨਹੀਂ ਮਿਲਦੇ ਲੋਨ ਤੇ EMI ਦੇ, ਆਪਾਂ ਉਹ ਵੀ ਦੇ ਰਹੇ ਹਾਂ ਸਭ ਨੂੰ। ਨਹੀਂ, ਸਮਾਨ ਦੀ ਕਮੀ ਨਹੀਂ ਹੈ, ਸਮਾਨ ਕਾਫੀ, ਹੋਰ ਕਾਫੀ ਆਈਟਮ। ਇੱਕ ਕੈਮਰਾ ਘੁਮਾ ਦੇ ਵੀ ਪੂਰੇ ਸਮਾਨ ਤੇ। ਗਡਾਊਨ ਦੇ ਵਿੱਚ ਸਮਾਨ ਇੰਨਾ ਪਿਆ ਹੈ, ਚਾਹੇ ਤੁਸੀਂ ਇੱਕ ਰੇਹੜੀ ਭਰ ਕੇ ਲੈ ਜਾਓ, ਟਰਾਲੀ ਭਰ ਕੇ ਲੈ ਜਾਓ, ਜਿੰਨਾ ਤੁਹਾਨੂੰ ਜਿਹੜੀ ਆਈਟਮ ਚਾਹੀਦੀ ਲਿਜਾ ਸਕਦੇ ਹੋ। ਫ੍ਰਿਜ ਗਰਮੀ ਦਾ ਸੀਜ਼ਨ ਹੋ ਗਿਆ ਸਟਾਰਟ, ਅਤੇ ਘਰ ਦੇ ਵਿੱਚ ਜੇਕਰ ਤੁਹਾਨੂੰ AC ਕੂਲਰ ਦੀ ਲੋੜ ਹੈ ਤਾਂ ਜੇਬ ਵਿੱਚ ਪੈਸੇ ਨਹੀਂ ਹਨ ਤਾਂ ਉਹ ਵੀ ਕੂਲਰ ਤੁਹਾਨੂੰ ਮਿਲਣਗੇ। ਬਿਨਾਂ ਪੈਸਿਆਂ ਤੋਂ ਕੂਲਰ ਮਿਲ ਸਕਦੇ ਆ ਗੁਰੂ ਹਰ ਸਾਈ ਦੀ, ਅੱਜ ਉਸੇ ਦੁਕਾਨ 'ਤੇ ਹੈਗੇ ਆ। ਦੂਸਰੇ ਪਾਸੇ ਗੱਲ ਕਰਦੇ ਹਾਂ ਤਾਂ ਲਗਾਤਾਰ ਜਿਹੜੀਆਂ ਚੋਰੀਆਂ ਡਕੈਤੀਆਂ ਵੱਧ ਰਹੀਆਂ, ਅਤੇ ਘਰ ਦੇ ਵਿੱਚ ਜੇਕਰ ਤੁਸੀਂ CCTV ਕੈਮਰੇ ਲਗਾਉਣੇ ਆ ਤਾਂ ਉਹ ਵੀ ਕੈਮਰੇ ਜੇਬ ਵਿੱਚ ਪੈਸੇ ਨਹੀਂ ਆ ਤਾਂ ਫਿਰ ਵੀ ਮਿਲਣ ਵਾਲੇ ਆ ਆਸਾਨ ਕਿਸ਼ਤਾਂ ਤੇ ਮਿਲਣ ਵਾਲੇ ਆ। ਕਿਸ ਦੁਕਾਨ ਤੋਂ ਮਿਲਣ ਵਾਲੇ? ਰਮਨ ਟੈਲੀਕਾਮ ਦੇ ਵਿੱਚ ਇੱਕ ਵਾਰ ਫਿਰ ਦੁਬਾਰਾ ਅਸੀਂ ਹਾਂ, ਅਤੇ ਅੱਜ ਰਮਨ ਟੈਲੀਕਾਮ ਤੇ ਵੱਡੀ ਜਿਹੜੀ ਇਹਨਾਂ ਨੇ ਆਫਰ ਛੱਡ ਦਿੱਤੀ ਹੈ, ਸਭ ਤੋਂ ਵੱਡੀ ਆਫਰ ਜਿਹੜੀ ਛੱਡੀ ਗਈ ਹੈ ਉਹ ਕੈਮਰਿਆਂ ਤੇ ਚੱਲੀ ਗਈ ਹੈ, CCTV ਕੈਮਰੇ। ਰਮਨ ਜੀ, ਸਭ ਤੋਂ ਪਹਿਲਾਂ ਗੁਰੂਹਰ ਸਾਹਿਬ ਲਾਈਵ ਤੋਂ ਸਵਾਗਤ ਹੈ ਜੀ। ਤੁਹਾਡਾ ਸਵਾਗਤ ਹੈ ਜੀ ਆਪਣੀ ਸ਼ੋਪ ਤੇ ਆਉਣ ਦਾ ਜੀ। ਰਮਨ ਜੀ, ਦੂਜੀ ਵਾਰ ਤੁਹਾਡੀ ਸ਼ੋਪ ਤੇ ਆਉਣ ਦਾ ਮੌਕਾ ਮਿਲਿਆ ਗੁਰੂਹਰ ਸਾਹਿਬ ਲਾਈਵ ਦੇ ਜ਼ਰੀਏ। ਜੋ ਕੁਝ ਅੱਜ ਤੁਹਾਡੇ ਆਫਰ ਹੈਗੇ ਆ, ਜਿੰਨੇ ਗੁਰੂ ਸਾਹਿਬ ਲਾਈਵ ਨੂੰ ਦੇਖਣ ਵਾਲੇ ਆ ਸਾਰੇ ਦਰਸ਼ਕਾਂ ਨੂੰ ਦੱਸ ਦਿਓ ਜੀ। ਸਭ ਨਾਲ ਵਧੀਆ ਗੱਲ ਹੈ ਜੀ, ਆਪਾਂ CCTV ਕੈਮਰਿਆਂ ਦਾ ਕੰਮ ਸ਼ੁਰੂ ਕੀਤਾ ਜੀ ਗੁਰੂਹਰ ਸਾਹਿਬ ਦੇ ਵਿੱਚ। ਕਿਸੇ ਨੂੰ CCTV ਕੈਮਰੇ ਆਸਾਨ ਕਿਸ਼ਤਾਂ 'ਤੇ ਨਹੀਂ ਮਿਲਦੇ, ਆਪਣੀ ਦੁਕਾਨ 'ਤੇ ਉਹ ਵੀ ਮਿਲਣਗੇ ਆਸਾਨ ਕਿਸ਼ਤਾਂ 'ਤੇ। ਜਿਹੜੇ ਪੁਰਾਣੇ ਕਸਟਮਰ ਨੇ ਬਜਾਜ ਕੰਪਨੀ ਦੇ ਜਾਂ HDFC ਕੰਪਨੀ ਦੇ, ਉਹਨਾਂ ਕੋਲ ਪੇਮੈਂਟ ਪਹਿਲਾਂ ਦੇਣ ਵਾਸਤੇ ਨਹੀਂ ਹੈਗੀ, ਤਾਂ ਵੀ ਉਹਨੂੰ ਕੈਮਰੇ ਮਿਲਣਗੇ ਆਸਾਨ ਕਿਸ਼ਤਾਂ 'ਤੇ। ਇਵੇਂ ਹੀ ਸਾਰੇ ਪ੍ਰੋਡਕਟ ਜਿਵੇਂ ਕਿ LCD, ਕੂਲਰ, AC, ਇਲੈਕਟ੍ਰੋਨਿਕ ਦਾ ਆਦਿ ਸਮਾਨ ਸਾਰਾ, ਅਤੇ ਮੋਬਾਈਲ ਦੀ ਕੰਮ ਤਾਂ ਆਪਣਾ ਬਹੁਤ ਪੁਰਾਣਾ ਚੱਲ ਹੀ ਰਿਹਾ, ਸਭ ਨੂੰ ਪਤਾ ਹੀ ਹੈ ਜੀ। ਅੱਛਾ, ਕੈਮਰਿਆਂ ਦੀ ਗੱਲ ਕਰ ਲੈਂਦੇ ਹਾਂ, ਕਿਹੜੀ ਕੁਆਲਿਟੀ ਦੇ ਕੈਮਰੇ ਹੈਗੇ ਆ, ਕਿਹੜੀ ਕੰਪਨੀ ਦੇ ਆ, ਕੀ ਰੇਟ ਦੇ ਵਿੱਚ ਮਿਲਣ ਵਾਲੇ ਆ, ਕਿੰਨੇ ਆਸਾਨ ਕਿਸ਼ਤਾਂ ਦੀ ਗੱਲ ਕਰ ਦਿੱਤੀ ਹੈ? ਜਿਨ੍ਹਾਂ ਦਾ ਬਜਾਜ ਦਾ ਕਾਰਡ ਬਣਿਆ ਉਹਨਾਂ ਨੂੰ ਤਾਂ ਮਿਲਣਗੇ ਮਿਲਣਗੇ, ਜਿਨ੍ਹਾਂ ਦੀ ਜੇਬ ਵਿੱਚ ਪੈਸੇ ਨਹੀਂ ਆ ਉਹ ਕੀ ਲੈ ਕੇ ਆਉਣ ਅਤੇ ਕੈਮਰੇ ਲੈ ਕੇ ਚਲੇ ਜਾਣ? ਬਸ ਉਹ ਆਪਣਾ ਪੁਰਾਣਾ ਜਿਹੜਾ ਬਜਾਜ ਕਾਰਡ ਵਾਲਾ ਨੰਬਰ ਅਤੇ ਆਧਾਰ ਕਾਰਡ ਆਪਣਾ ਲੈ ਕੇ ਆਉਣ, ਉਹਨਾਂ ਨੂੰ ਆਪਣੇ ਕੋਲ ਕੈਮਰੇ ਮਿਲਣਗੇ ਜਿਵੇਂ ਕਿ CP+ ਦੇ, ਹਿਕਵਿਜ਼ਨ ਦੇ, BCOM ਦੇ। ਇਸ ਤੋਂ ਇਲਾਵਾ ਕਿਸੇ ਨੇ ਕਾਰ ਬੱਸ ਦੇ ਵਿੱਚ ਕੈਮਰੇ ਲਵਾਉਣੇ, ਉਹਦੇ ਨਾਲ ਦੇ ਵੀ ਆਪਣੇ ਕੋਲ ਕੈਮਰੇ ਹੈਗੇ ਨੇ ਜੀ। ਸਿੰਗਲ ਕੈਮਰਾ ਲਵਾਉਣਾ ਹੋਵੇ ਮੈਮਰੀ ਕਾਰਡ ਵਾਲਾ, ਉਹ ਵੀ ਕੈਮਰੇ ਆਪਣੇ ਕੋਲ ਮਿਲਣਗੇ। ਇਸ ਤਰ੍ਹਾਂ ਜਿਵੇਂ ਕਿ ਬੈਂਕਾਂ ਦੇ ਵਿੱਚ ਕੈਮਰੇ ਲੱਗੇ ਹੁੰਦੇ ਨੇ, ਉਹ ਵੀ ਕੈਮਰੇ ਆਪਣੇ ਕੋਲ ਮਿਲਣਗੇ, ਮੈਮਰੀ ਕਾਰਡ ਨਾਲ ਪਲੱਸ DVR ਨਾਲ ਕੰਮ ਕਰਨਗੇ। ਕੁਆਲਿਟੀ ਦਾ ਕੀ ਫਰਕ ਹੈ ਜਿਹੜਾ ਲੋਕ ਤੁਹਾਡੇ ਕੋਲ ਕਿਉਂ ਆਉਣ, ਕਿੰਨੇ HD ਹੈਗੇ ਆ, ਬਾਜ਼ਾਰ ਨਾਲੋਂ ਕੀ ਫਰਕ ਹੈ? ਬਾਜ਼ਾਰ ਨਾਲੋਂ ਤੁਹਾਨੂੰ ਸਾਰੇ ਰੇਟਾਂ ਨਾਲੋਂ ਲੈਸ ਮਿਲੇਗੀ, ਚਾਹੇ ਕੋਈ ਟਰਾਈ ਕਰਕੇ ਆ ਜਾਵੇ ਆਪਣੇ ਕੋਲ। ਇਸ ਤੋਂ ਇਲਾਵਾ ਕਲਰਡ ਕੈਮਰੇ ਹੈਗੇ ਨੇ, ਹਰ ਕੈਮਰੇ ਦੇ ਵਿੱਚ ਰਿਕਾਰਡਿੰਗ ਹੋਏਗੀ, ਉਹ ਵੀ ਕੈਮਰੇ ਆਪਣੇ ਕੋਲ ਅਵੇਲੇਬਲ ਹਨ। ਦੂਸਰਾ, ਜਿਹੜੇ ਗਰਮੀ ਦਾ ਮੌਸਮ ਹੈ, ਤੁਸੀਂ ਕਹਿੰਦੇ ਉੱਥੇ ਵੀ ਅਸੀਂ ਆਫਰ ਜਿਹੜੀ ਹੈ ਛੱਡੀ ਹੈ, ਜਿਵੇਂ LED ਦੀ ਗੱਲ ਕਰ ਦਿੱਤੀ, LED ਕਾਫੀ ਲੈ ਆਉਂਦਾ, AC ਦੀ ਗੱਲ ਕੀਤੀ, ਕਿਹੜੇ ਕਿਹੜੇ ਕੰਪਨੀ ਦਾ AC ਹੈ ਅਤੇ ਕੂਲਰ ਵਗੈਰਾ ਜਿਵੇਂ ਤੁਸੀਂ ਦੱਸ ਰਹੇ ਸੀ? ਆਪਣੇ ਕੋਲ AC ਹਟੈਚੀ ਦੇ ਮਿਲਣਗੇ, ਵਰਲਫੂਲ ਦੇ ਮਿਲਣਗੇ, ਗੋਦਰੇਜ, ਹਾਇਰ, ਡਾਈਕਨ, ਸੈਮਸੰਗ, ਸੈਮਸੂਈ, ਇਸ ਤੋਂ ਇਲਾਵਾ ਅਦਰ ਕੰਪਨੀਆਂ ਦੇ AC ਸਾਰੇ ਆਪਣੇ ਕੋਲ ਮਿਲਣਗੇ। ਰੇਟ ਜਿਹੜੇ ਹੈਗੇ ਆ ਬਾਜ਼ਾਰ ਨਾਲੋਂ ਕੀ ਫਰਕ ਰਹਿਣ ਵਾਲਾ, ਕਿਉਂਕਿ ਬਜਾਜ ਲਾਈਨਸ 'ਤੇ ਤਾਂ ਤੁਸੀਂ ਬਜਾਜ 'ਤੇ ਤਾਂ ਦੇਣੇ ਹੀ ਦੇਣੇ ਹੈਗੇ ਆ, ਉਸ ਤੋਂ ਇਲਾਵਾ ਬਾਜ਼ਾਰ ਦੇ ਰੇਟ ਵੱਧ ਤਾਂ ਨਹੀਂ ਹੋਣਗੇ? ਬਾਜ਼ਾਰ ਨਾਲੋਂ ਲੈਸ ਮਿਲੇਗੀ ਜੀ, ਕੋਈ ਵੀ ਰੇਟ ਟਰਾਈ ਕਰਕੇ ਆਵੇ ਆਪਣੇ ਕੋਲ। ਅੱਛਾ, ਪਹਿਲਾਂ ਬਾਜ਼ਾਰ ਤੋਂ ਪਤਾ ਕਰ ਲਏ? ਬੇਸ਼ੱਕ ਟਰਾਈ ਕਰਕੇ ਆਵੇ, ਬਾਜ਼ਾਰ ਨਾਲੋਂ ਲੈਸ ਮਿਲਣਗੇ ਰੇਟ ਆਪਣੇ ਕੋਲ। ਅਤੇ ਪੈਸੇ ਜਮ੍ਹਾਂ ਕਰਾਉਣੇ ਪੈਣਗੇ ਕਿ ਉਹ ਵੀ ਕਾਰਡ 'ਤੇ? ਜਿਹੜੇ ਪੁਰਾਣੇ ਕਸਟਮਰ ਨੇ ਬਜਾਜ ਕੰਪਨੀ ਨੇ, ਉਹਨਾਂ ਦੇ 100% ਜਿਨ੍ਹਾਂ ਦੀ LTV, ਉਹਨਾਂ ਨੂੰ ਕੋਈ ਪੈਸਾ ਕਰਾਉਣ ਦੀ ਲੋੜ ਨਹੀਂ ਗੀ। ਕੋਈ ਵੀ ਚੀਜ਼ ਆਪਣੇ ਕੋਲੋਂ ਬਿਨਾਂ ਪੈਸੇ ਦਿੱਤੇ ਲੈ ਕੇ ਜਾ ਸਕਦੇ। ਅੱਛਾ, ਸਟਾਕ ਦੀ ਗੱਲ ਕਰ ਰਹੇ ਸੀ, ਕਹਿੰਦੇ ਸਟਾਕ ਬੜਾ ਤੁਸੀਂ ਲੈ ਕੇ ਆ ਕੇ, ਸਟਾਕ ਪੂਰਾ ਪਿਆ, ਆਪਾਂ ਪੂਰਾ ਸਟਾਕ ਬਹੁਤ ਪਿਆ ਜੀ ਗੋਡਾਊਨ ਦੇ ਵਿੱਚ, ਤੁਹਾਨੂੰ ਹੁਣੇ ਲੈ ਕੇ ਚੱਲਣੇ, ਉਹ ਵੀ ਦਿਖਾਉਂਦੇ ਆ ਜੀ ਤੁਹਾਨੂੰ। ਸਟਾਕ ਅਨਲਿਮਿਟਡ ਹੈ, ਕੁਆਂਟਿਟੀ ਦੇ ਵਿੱਚ ਸਮਾਨ ਮਿਲੇਗਾ ਜੋ ਵੀ ਚਾਹੀਦਾ ਜੀ। ਇਨਵੇਟਰ ਬੈਟਰੇ, ਜਿਵੇਂ ਕਿ ਲਾਈਟ ਦੀ ਦਿੱਕਤ ਬਹੁਤ ਚੱਲ ਰਹੀ ਹੈ, ਇਨਵੇਟਰ ਬੈਟਰੇ ਆਪਣੇ ਕੋਲ ਲੂਮੀਨੋਜ਼ ਕੰਪਨੀ ਦੇ,
इस तो इलावा ईस्टमैन कंपनी के पावर जोन कंपनी के यानी कि माइक्रोवेव कंपनी के ब्रांड सारे मिलेंगे अपने को। समान तुहानू दिखा दिता समान जिहड़ा इन्हां कोल काफ़ी आइटम जिहड़ी पई हैगी है। दूसरी गल मैं कह देवा गुरु हर साहिब लाइव की वीडियो देखन तो बाद जिहड़े लोग वीडियो वध शेयर करनगे जां जिहड़े लोग कहणगे गुरु साहिब लाइव की वीडियो देख के आया उन्होंने की ऑफर देने वाले हो उन्होंने खास डिस्काउंट करने वाले वो तो शेयर करने वाले गिफ्ट दिते जाएंगे। स्क्रीनशॉट अपना लैके आओ उन्होंने वास्ते सरप्राइज गिफ्ट मिलेंगे। पक्का दोगे? बिल्कुल पिछली बार भी आप दिते ने जी। अच्छा एक मोबाइलों की गल कर लें मोबाइल की एक्सेसरी भी है मोबाइल भी है मोबाइल कि कंपनी के की है उनके भी मोबाइल अपने को मिलेंगे तो ओवो ओप्पो वीवो सैमसंग रेडमी रियलमी रेडमी रियलमी कितों नहीं मिलते लोन दे ईएमआई दे अपा वह भी दे रहे हैं सबन स्टॉक वादू है स्टॉक वादू है जी स्टॉक वादू है तो वीडियो करो शेयर शेयर वीडियो जो करूगा पिछली बार भी जोड़े से इन्होंने गिफ्ट लोगों को मुहैया जोड़े कराए जिन्होंने लोगों ने वीडियो वध शेयर किया काफ़ी वीडियो जी दिवाली के समय से की गई थी पर अज जी वी ऑफर है कैमरे घर लगाने पैसे नहीं आ तो बजाज आधार कार्ड लाओ तो बजाज वाला कार्ड बनवा के ले जा सकते हो जो किस्त है जो लिमिट हैगी उस हिसाब से तुम्हें यह प्रोडक्ट मिलन वाला है। बाकी तुहानू दिखाउणे इन्हां दा गडाउन गडाउन दे विच समान दी गल करदे आं वैरायटी दी गल करदे आं तां कूलर तुसीं देख सकदे हो कूलर गर्मी दा मौसम आ गया कूलर वड्डी गिनती दे विच इन्हां ने लै आंदे आ ते अलग अलग कंपनी दे कहड़े कहड़े कंपनियां दे कूलर पए आ कंपनी ने अपने को सुपर कंपनी दे पए होणगे जी हैवल कंपनी दे पए लैक्सस कंपनी दे पए ने कैलविनेटर कंपनी दे पए ने कूलर सारा ओके रिपोर्ट बिल्कुल जी बिल्कुल ओके रिपोर्ट कस्टमर पढ़े लिखे ने सब कुछ वेख के लैके जांदे बिल्कुल कस्टमर पढ़े लिखे आ सब कुछ वेख के लैणगे ते आपां हुण उपरला जिहड़ा हैगा ਤੁਹਾਡਾ ਗਡਾਉਨ ਵੀ ਦਿਖਾ ਦਈਏ ਵੀ ਪ੍ਰੋਡਕਟ ਕਿੰਨਾ ਕੁ ਪਿਆ ਗਡਾਉਨ ਦੇ ਵਿੱਚ ਹਾਂਜੀ ਹਾਂਜੀ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਦਾ ਗਡਾਉਨ ਅਤੇ ਗਡਾਉਨ ਦੇ ਵਿੱਚ ਕਿੰਨਾ ਸਮਾਨ ਪਿਆ ਨਹੀਂ ਸਮਾਨ ਦੀ ਕਮੀ ਨਹੀਂ ਹੈ ਸਮਾਨ ਕਾਫੀ ਹੋਰ ਕਾਫੀ ਆਈਟਮ ਇੱਕ ਕੈਮਰਾ ਘੁਮਾ ਦੇ ਵੀ ਪੂਰੇ ਸਮਾਨ 'ਤੇ ਦੇਖ ਲਓ ਐੱਲ ਈ ਡੀ ਪਈ ਹੈ ਐੱਲ ਈ ਡੀ ਦੀ ਅੱਛਾ ਗੱਲ ਕਰਦੇ ਹਾਂ ਅਤੇ ਇਹ ਜਿਹੜਾ ਸਾਰੀਆਂ ਕੰਪਨੀਆਂ ਦੀ ਸੈਮਸੰਗ ਕੰਪਨੀ ਦੀ ਐੱਲ ਈ ਡੀ ਮਿਲੇਗੀ ਜੀ ਰੀਅਲਮੀ ਕੰਪਨੀ ਦੀ ਮਿਲੇਗੀ ਐੱਫ ਐਨ ਡੀ ਕੰਪਨੀ ਦੀ ਮਿਲੇਗੀ ਸੈਮਸੋਈ ਕੰਪਨੀ ਦੀ ਮਿਲੇਗੀ ਇਸ ਤੋਂ ਇਲਾਵਾ ਵਨ ਪਲੱਸ ਕੰਪਨੀ ਦੀ ਮਿਲੇਗੀ ਜਿਨ੍ਹਾਂ ਕਸਟਮਰ ਦੀ ਸਿੰਬਲ ਡਾਊਨ ਹੈ ਜਿਨ੍ਹਾਂ ਨੂੰ ਕਿਸ਼ਤਾਂ ਦੇ ਕੋਈ ਫੋਨ ਨਹੀਂ ਮਿਲਦੇ ਉਹ ਵੀ ਕਿਸ਼ਤਾਂ ਦੇ ਫੋਨ ਲੈ ਸਕਦੇ ਆ ਨਾਲੇ ਆਪਣੇ ਸਿੰਬਲ ਅਪ ਕਰੋ। ਲੋ ਵੀ ਆ ਗਏ ਅਸੀਂ ਗਡਾਊਨ ਦੇ ਵਿੱਚ ਅਤੇ ਗਡਾਊਨ ਦੇ ਵਿੱਚ ਸਮਾਨ ਇੰਨਾ ਪਿਆ ਹੈ ਚਾਹੇ ਤੁਸੀਂ ਇੱਕ ਰੇਹੜੀ ਭਰ ਕੇ ਲੈ ਜਾਓ ਟਰਾਲੀ ਭਰ ਕੇ ਲੈ ਜਾਓ ਜਿੰਨਾ ਤੁਹਾਨੂੰ ਜਿਹੜੀ ਆਈਟਮ ਚਾਹੀਦੀ ਲਿਜਾ ਸਕਦੇ ਹੋ। ਫਰਿੱਜਾਂ ਦੀ ਗੱਲ ਕਰਦੇ ਹਾਂ ਤਾਂ ਦੇਖ ਸਕਦੇ ਹੋ ਫਰਿੱਜ ਦਾ ਵੱਡਾ ਸਟਾਕ ਆਇਆ ਪਿਆ ਇੱਧਰ ਵੀ ਫਰਿੱਜਾਂ ਜਿਹੜੀਆਂ ਨੇ ਕਾਫੀ ਬੰਜਾਂ ਨੇ। ਰਮਨ ਜੀ ਆ ਕੀ ਪਿਆ ਜੀ? ਇਹ ਬੂਫਰ ਹੈ ਜੀ ਲੀਜ਼ਾ ਕੰਪਨੀ ਦੇ ਲੀਜ਼ਾ ਕੰਪਨੀ ਦੇ ਬੂਫਰ ਹੈ ਬੂਫਰ ਪਈਆਂ ਵਾਸ਼ਿੰਗ ਮਸ਼ੀਨ ਹੈ ਏਸੀ ਪਿਆ ਟੋਟਲੀ ਸਮਾਨ ਸੀਜ਼ਨ ਸਟਾਰਟ ਹੋਣ ਤੋਂ ਪਹਿਲਾਂ ਹੀ ਲੈ ਆਉਂਦਾ ਅਤੇ ਤੁਹਾਡੇ ਲਈ ਹੈ ਤੁਸੀਂ ਆ ਕੇ ਇਹ ਸਮਾਨ ਲਿਜਾ ਸਕਦੇ ਹੋ। ਦੁਬਾਰਾ ਆਪਦਾ ਇੱਕ ਵਾਰੀ ਨੰਬਰ ਬੋਲ ਦਿਓ ਲੋਕੇਸ਼ਨ ਦੱਸ ਦਿਓ ਆਪਣੀ ਦੁਕਾਨ ਕਿਸ ਜਗ੍ਹਾ 'ਤੇ ਹੈ। ਆਪਣੀ ਦੁਕਾਨ ਹੈ ਜੀ ਫੁਹਾਰਾ ਚੌਂਕ ਦੇ ਵਿੱਚ ਬਹੁਤ ਵਧੀਆ ਏਰੀਆ ਸਭ ਨੂੰ ਪਤਾ ਜੀ ਫੁਹਾਰਾ ਚੌਂਕ ਰਮਨ ਟੈਲੀਕੋਮ। ਮੋਬਾਈਲ ਨੰਬਰ 98143 92803 98143 92803 ਤੇ ਕਰੋ ਸੰਪਰਕ ਤੇ ਪਹੁੰਚੋ ਰਮਨ ਟੈਲੀਕੋਮ ਤੇ ਆਧਾਰ ਕਾਰਡ ਲੈ ਕੇ ਜਾਂ ਬਜਾਜ ਵਾਲਾ ਪੁਰਾਣਾ ਕਾਰਡ ਲੈ ਕੇ ਤੇ ਕਿਸ਼ਤਾਂ ਤੇ ਜਿਹੜਾ ਇਹ ਸਮਾਨ ਦੇ ਰਹੇ ਆ। ਗਰਮੀ ਦਾ ਸੀਜ਼ਨ ਸਟਾਰਟ ਹੈ ਤੇ ਸਮਾਨ ਸੀਜ਼ਨ ਸਟਾਰਟ ਦੇ ਵਿੱਚ ਵੀ ਸਟਾਰਟਿੰਗ ਤੋਂ ਜਿਹੜੀ ਇਹਨਾਂ ਨੇ ਆਫਰ ਛੱਡ ਦਿੱਤੀ ਹੈ ਤੇ ਲਿਜਾ ਸਕਦੇ ਹੋ ਤੁਸੀਂ ਆਪਦੇ ਘਰ ਦੀ ਵਰਤੋਂ ਮੁਤਾਬਕ ਇਹ ਸਮਾਨ। ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦ ਦਾ ਗੁਰੂ ਹਰ ਸਾਹਿਬ ਲਾਈਵ। ਪੱਤਰਕਾਰ ਸਾਥੀ ਗੁਰਮੀਤ ਸਿੰਘ ਦੇ ਨਾਲ ਮੈਂ ਸਤਪਾਲ ਸਿੰਘ ਗੁਰੂ ਹਰ ਸਾਹਿਬ।